ਤਸਵੀਰਾਂ ਅੰਮ੍ਰਿਤਸਰ ਦੀਆਂ ਹਨ ਜਿੱਥੇ ਕਿ ਲੁਟੇਰਿਆਂ ਦੇ ਹੌਸਲੇ ਬੁਲੰਦ ਹਨ ਅਤੇ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ਤੇ ਲੰਘੀ ਰਾਤ ਨੂੰ ਇੱਕ ਵਿਅਕਤੀ ਦੇ ਕੋਲੋਂ 70,000 ਰੁਪਏ ਦੀ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉੱਥੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇੱਕ ਵਾਰ ਫਿਰ ਤੋਂ ਜਾਂਚ ਆਰੰਭ ਦਿੱਤੀ ਹੈ। ਮਾਮਲਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਕਲੈਕਸ਼ਨ ਇਕੱਠੀ ਕਰਕੇ ਵਾਪਸ ਆਉਣ ਵਾਲੇ ਇੱਕ ਵਿਅਕਤੀ ਦੇ ਉੱਪਰ ਗੋਲੀ ਚਲਾਈ ਗਈ ਅਤੇ ਉਸ ਤੋਂ ਬਾਅਦ 70,000 ਰੁਪਏ ਲੁੱਟ ਕੇ ਉਹ ਫਰਾਰ ਹੋਏ ਹਨ। ਲੁੱਟ ਦੇ ਸ਼ਿਕਾਰ ਹੋਏ ਵਿਅਕਤੀ ਹਰਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਸੋਫਟੀ ਰੋਡ ਤੋਂ ਆਪਣੀ ਗਡਾਊਨ ਦੇ ਵਿੱਚ ਜਾ ਰਿਹਾ ਸੀ ਕਿ ਟੇਰਿਆਂ ਨੇ ਉਸ ਨੂੰ ਰੋਕ ਕੇ ਉਸ ਤਰ੍ਹਾਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਗੱਲ ਹੋਈ ਜੀ, ਆਪਣੀ ਰਾਜਮੀ ਟਰਾਂਸਪੋਰਟ ਦੀ ਗੱਡੀ ਹੈ ਜੀ, ਨਿਊ ਫੋਕਲ ਪੁਆਇੰਟ ਆਪਣਾ ਕਲੱਬ 'ਚ ਕੰਮ ਕਰਦੀ ਡੇਲੀ ਜੀ। ਅਜੇ ਸੋਫਟੀ ਤੰਦਾ ਤੋਂ ਰੂਟ ਕਰਦੇ ਸੋਫਟੀ ਥਾਣੀ ਮਾਲ ਮੰਡੀ ਥਾਣੀ ਵਾਪਸ ਜਾ ਰਹੇ ਸੀ ਨਿਊ ਫੋਕਲ ਪੁਆਇੰਟ ਜੀ, ਉਸ ਦੇ ਰਸਤੇ ਤੇ ਵਾਰਦਾਤ ਹੋਈ ਇਹਨਾਂ ਦੇ ਨਾਲ। ਸਰ ਕਿੰਨੀ ਵਾਰਦਾਤ ਹੋਈ ਹੈ ਜੀ? ਸਰ ਮੌਕੇ ਤੇ ਮੈਂ ਤੇ ਨਹੀਂ, ਬਾਅਦ 'ਚ ਆਇਆ ਵਾਂ, ਪਰ ਡਰਾਈਵਰ ਦੱਸ ਰਿਹਾ ਕਿ ਦੋ ਉਹਨਾਂ ਹਵਾਈ ਫੇਰ ਕੀਤੇ, ਇੱਕ ਉਹਨਾਂ ਸਿੱਧੀ ਗੋਲੀ ਮਾਰੀ। ਅੱਛਾ, ਤੇ ਕਿੰਨੇ ਪੈਸੇ ਲੈ ਕੇ ਫਰਾਰ ਹੋਏ ਜੀ? 1,00,000 ਰੁਪਏ ਦੇ ਕਰੀਬ ਕੋਈ ਕਹਿ ਰਿਹਾ ਜੀ, ਮੈਨੇਜਰ ਸਾਹਿਬ ਕਹਿ ਰਹੇ ਕਿ 1,00,000 ਰੁਪਏ ਦੇ ਕਰੀਬ ਕੈਸ਼ ਹੈਗਾ ਜੀ। ਇਹ ਟੈਂਪੂ ਵਾਲਾ ਵਿੱਚ ਕੀ ਲੈ ਕੇ ਜਾ ਰਿਹਾ ਹੈ? ਇਹ 'ਚ ਗਲੋਸਰੀ ਹੁੰਦੀ ਜੀ, ਘਰਾਂ ਦਾ ਸਮਾਨ, ਦੁਕਾਨਾਂ ਦਾ ਕਰਿਆਨਾ ਹੁੰਦਾ ਜੀ। ਅੱਛਾ, ਹਾਂਜੀ। ਕੀ ਲੱਗਦਾ ਸਰ, ਆਪਣਾ ਅਗਲੇ ਚੌਂਕ 'ਚ ਵੀ ਨਾਕਾ ਲੱਗਾ, ਪਿੱਛੇ ਗੱਡੀ ਲੱਗੀ ਇਲੈਕਸ਼ਨ ਕਮਿਸ਼ਨ ਦੀ, ਕਿੱਦਾਂ ਵੇਖਦੇ ਜੀ? ਦੇਖੋ ਜੀ, ਪਿੱਛੋਂ ਆਈ ਹੈ ਕੋਈ 9:30 ਦਾ ਕਰੀਬ ਟਾਈਮ ਹੈ, ਕੋਈ ਖਾਸ ਟਾਈਮ ਵੀ ਨਹੀਂ ਹੈਗਾ ਐਡਾ। ਉਹ ਜਾਂਦੇ ਨੇ ਰਾਹ 'ਚ ਗੱਡੀ ਨਾਲ, ਪਲਸਰ ਮੋਟਰਸਾਈਕਲ ਕਹਿ ਰਹੇ ਕਿ 3 ਮੁੰਡੇ ਆਏ ਨੇ ਜੀ, ਉਹਨਾਂ ਨੇ ਇਹਨਾਂ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਜੀ। ਹਾਂਜੀ, ਕੀ ਮੰਗ ਕਰਦੇ ਹੁੰਦੇ ਜੀ? ਮੰਗ ਜੀ, ਦੋਸ਼ੀਆਂ ਨੂੰ ਜਲਦੀ ਜਲਦੀ ਫੜਿਆ ਜਾਵੇ, ਇਨਸਾਫ ਮਿਲਣਾ ਚਾਹੀਦਾ ਜੀ। ਤੇ ਜਿਹਨੂੰ ਗੋਲੀ ਵੱਜੀ ਕਿ ਜ਼ਖਮੀ ਤੇ ਨਹੀਂ ਹੋਇਆ ਕੋਈ ਜੀ? ਬਸ ਉਹ 2 ਇੰਚ ਦਾ ਫੈਸਲਾ ਰਹਿ ਗਿਆ ਜੀ ਇੱਥੇ ਵੱਜਣ ਨੂੰ, ਡਾਇਰੈਕਟ ਗੋਲੀ ਵੱਜੀ ਜੀ ਨੂੰ। ਕੰਧ ਤੇ ਵੱਜੀ ਜਾਂ ਖੋਲ ਖਾ ਲੱਭਾ ਕੋਈ? ਹਾਂਜੀ, ਸ਼ੀਸ਼ੇ ਤੇ ਖੋਲ ਲੱਗਾ ਜੀ, ਸ਼ੀਸ਼ੇ ਤੇ ਮੋਰੀ ਹੋਈ ਹੈ ਜੀ, ਲੱਗਾ ਜੀ ਸ਼ੀਸ਼ੇ ਤੇ। ਹੋਈ ਆ ਜਿਹੜਾ ਕੋਈ ਆਪਣੇ ਲੈ ਕੇ ਆ ਰਹੇ ਸੀਗੇ ਸੁਰਿੰਦਰ ਸਿੰਘ ਤੇ ਹਰਦੀਪ ਸਿੰਘ, ਕੈਸ਼ ਦੀ ਰਿਕਵਰੀ ਜੀ, ਇਹਨਾਂ ਤੇ ਫਾਇਰ ਕਰਕੇ ਤੇ ਕੈਸ਼ ਜਿਹੜਾ ਕੋਈ ਕਰੀਬ 70,000 ਰੁਪਇਆ ਦੀ ਲੁੱਟ ਹੋਈ। ਸਰ ਕੀ ਨਾ ਉਹ ਬੰਦੇ ਦਾ ਕੀ ਨਾਮ ਆ ਜਿਹੜਾ ਗੱਡੀ ਡਰਾਈਵਰ ਸੀ ਆਪਣਾ ਗੱਡੀ ਚਲਾਉਂਦੇ? ਉਹ ਇੱਕ ਹਰਦੀਪ ਸਿੰਘ ਆ, ਇੱਕ ਸੁਰਿੰਦਰ ਸਿੰਘ। ਸਰ ਕਿੰਨੀਆਂ ਫਾਇਰ ਹੋਏ ਜੀ ਗੋਲੀ? ਇੱਕ ਗੋਲੀ ਜਿਹੜੀ ਆ ਉਹ ਲੱਗੀ ਸ਼ੋ ਹੋਈ ਆ, ਉਸ ਤੋਂ ਬਾਅਦ 'ਚ ਜਿਹੜਾ ਆਮ ਪਬਲਿਕ ਤੇ ਇਕੱਠੀ ਹੋਈ ਆ, ਉਹ ਫਾਇਰ ਤੋਂ ਬਾਅਦ ਇਹਨਾਂ ਕਹਿੰਦੇ ਕਿ ਸਾਡਾ ਜਿਹੜਾ ਬੈਗ ਆ ਛੀਨ ਕੇ ਲੈ। ਸਰ ਕੀ ਲੱਗਦਾ ਕਿ ਨਾਮ ਅਗਲੇ ਚੌਂਕ 'ਚ ਨਾਕਾ ਲੱਗਾ ਹੁੰਦਾ ਏ, ਫਿਰ ਪਿੱਛੇ ਇਲੈਕਸ਼ਨ ਕਮਿਸ਼ਨ ਦੀ ਗੱਡੀ ਵੀ ਖਲੋਤੀ ਹੁੰਦੀ ਏ? ਇਹਦੇ ਵਿੱਚ ਜਿਹੜਾ ਸਾਡਾ ਪੁਲਿਸ ਦਾ ਆ ਜੀ, ਆਪਾਂ ਪੂਰੀ ਸਖਤੀ ਕਰਦੇ ਆ, ਫਿਰ ਵੀ ਜਿਹੜੀ ਕੋਈ ਇਹੋ ਜਿਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਸਖਤੀ ਦੇ ਨਾਲ ਜਿਹੜਾ ਮੁੱਦੇ ਆ ਪਰਚਾ ਦਰਜ ਕਰ ਰਹੇ ਪਰਚਾ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।